ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਦੂਜਾ ਵਿਆਹ ਕਰਵਾਉਣ ਜਾ ਰਹੇ ਨੇ। ਚੰਡੀਗੜ੍ਹ ਦੇ ਸੈਕਟਰ 8 ਦੇ ਗੁਰੂ ਘਰ ਦੇ ਵਿੱਚ ਉਹ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਲਾਵਾਂ ਲੈਣਗੇ। ਇਸ ਖਬਰ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਨੇ ਕਿ ਸੀਐਮ ਭਗਵੰਤ ਮਾਨ ਦੂਜਾ ਵਿਆਹ ਕਰਵਾਉਣ ਜਾ ਰਹੇ ਨੇ। ਮੈਨੂੰ ਤਾਂ ਬਹੁਤ ਖੁਸ਼ੀ ਹੈ ਜੀ, ਉਹਨਾਂ ਨੂੰ ਵਧਾਈਆਂ ਦਿੰਦੇ ਹਾਂ। ਖਾਣ ਪੀਣ ਅੱਜ ਹੀ ਕਰ ਲੈਣੇ ਵਾਂ, ਬੱਤਾ ਬੁੱਤਾ ਜਾਂ ਪੀ ਲੈਣੇ, ਠੰਡੇ ਹੋ ਜਾਂਗੇ ਕੁਛ ਨਾ ਕੁਛ, ਤੜਕੇ ਕੁਛ ਨਾ ਕੁਛ ਫਿਰ ਪੱਗ ਪੁੱਗ ਜਿਹਾ ਲਾ ਲਾਂਗੇ ਹੱਥਣੇ 'ਚ ਕੋਈ। ਮਾਤਾ ਨੂੰ ਮਿਲੇ ਸੀ ਜੀ ਕੱਲ੍ਹ ਵੀ, ਪਰਸੋਂ ਇੱਥੇ ਗਈ ਹੈ, ਕੱਲ੍ਹ ਹੋਈ ਆ ਉਹ ਇੱਥੋਂ, ਪੂਰੀ ਨੰਗੀ ਪਰਸੋਂ, ਉਹ ਖੰਭਾ ਵੀ ਲਵਾਇਆ ਬਾਹਰ 'ਚ। ਮੈਂ ਉਹ ਫਿਰ ਬੁਲਾਉਂਦਾ ਜਾ, ਬਸ ਲੰਘਦਾ ਜਾ, ਸੰਗਦਾ ਜਾ, ਬਸ ਸਿੱਧੀ ਲੰਘ ਜਾਣਾ। ਰੌਣਕ ਆਊਗੀ ਪਿੰਡ ਦੇ ਵਿੱਚ? ਹਾਂ ਪੂਰੀ ਬਹੁਤ ਵਧੀਆ ਜੀ, ਪੂਰੀ ਰੌਣਕ ਸਿਰੇ ਦੀ। ਵਿਚਾਰਾ ਕਿੰਨੀ ਉਮਰ ਹੈ ਉਹਦੀ, ਕਿਵੇਂ ਕੱਟੂਗਾ ਜੇ ਆਪਾਂ ਸੋਚੀਏ। ਪਰਮਾਤਮਾ ਨੇ ਬਹੁਤ ਵਧੀਆ ਕਰਿਆ, ਜਿਹੜਾ ਨਾ ਉਰੇ ਮੰਤਰੀ ਬਣ ਗਿਆ, ਨਾ ਇੱਥੇ ਵਿਆਹ ਹੋ ਜੂਗਾ, ਉਹਦਾ ਮੌਜਾ ਮਾਰਨ ਬੋਲੇ ਬੰਦੇ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅੱਜ ਕੱਲ੍ਹ ਮੁੱਖ ਮੰਤਰੀ ਵਿਆਹ ਕਰਾਉਣ ਜਾ ਰਹੇ ਨੇ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਪਹਿਲਾਂ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ, ਹੁਣ ਮੁੱਖ ਮੰਤਰੀ, ਹੁਣ ਵਿਆਹ ਕਰਾਉਣ ਜਾ ਰਹੇ ਹਾਂ, ਰੌਣਕਾਂ ਕਿੰਨੀਆਂ ਕਿ ਨੇ, ਕਿਵੇਂ ਖੁਸ਼ੀ ਮਨਾਓਗੇ? ਬਹੁਤ ਖੁਸ਼ੀ ਹੈ ਜੀ, ਖੁਸ਼ੀ ਹੈ ਸਾਨੂੰ ਤਾਂ, ਚੇਰੀ ਕਿਤੇ ਆਈ ਨਹੀਂ, ਤੁਰੇ ਦੇਖੀ ਵੀ ਨਹੀਂ ਤਾਂ। ਵਿਆਹ ਵੇਲੇ ਗਏ ਤੇ ਪਟਿਆਲੇ ਪਹਿਲਾਂ, ਹੁਣ ਤਾਂ ਦੇਖੀ। ਹੋਰ ਕੋਈ ਪੁਰਾਣੀਆਂ ਯਾਦਾਂ ਦੱਸੋ ਚਾਹੁੰਦੇ ਹੋ ਕੱਲ੍ਹ ਮੁੱਖ ਮੰਤਰੀ ਵਿਆਹ ਕਰਾਉਣ? ਸਾਨੂੰ ਵਿਆਹ ਦੀ ਬਹੁਤ ਖੁਸ਼ੀ ਹੈ, ਜਿੰਨੀ ਕਹੀ ਦੀ ਉਨੀ ਖੁਸ਼ੀ ਹੈ, ਸਾਰੇ ਨਗਰ ਨੂੰ ਖੁਸ਼ੀ ਹੈ, ਭੈਣ ਭਾਈਆਂ ਨੂੰ, ਕਿਉਂ ਪਰਿਵਾਰ ਭਾਈ ਦਿਲੀ ਵਧੇ ਅਗਲੇ ਦੇ, ਸਾਂ ਸਾਰਾ ਕੁਛ ਵਧੀਆ। ਹਾਂ ਬਾਕੀ ਪਹਿਲਾਂ ਇਹ ਮਿੱਠੀਆਂ ਮਿਰਚਾਂ 'ਚ ਚਲਾਈਆਂ ਇਹਨੇ, ਗੀਤ ਗਾਏ, ਉਦੋਂ ਬਹੁਤ ਵਧੀਆ ਤਰੱਕੀ ਪਾਈ, ਸਾਡੇ ਪਿੰਡ ਦਾ ਨਾਂ ਰੋਸ਼ਨ ਕਰਿਆ ਇਹਨੇ, ਬਾਹਰ ਵੀ ਬਹੁਤ ਉਹ ਕਰਿਆ, ਬਹੁਤ ਕੰਮ ਕਰਦਾ ਰਿਹਾ, ਪੜ੍ਹਾਈ ਵੀ ਕਰਦਾ ਰਿਹਾ। ਇੱਥੇ ਜਦੋਂ ਇਹ ਪੜ੍ਹਦਾ ਹੁੰਦਾ, ਇੱਕ ਬਲਦੇਵ ਹੁੰਦਾ ਗਵਾਂਢੀ ਇਹਨਾਂ ਦਾ, ਮਾਏ ਪਰਾਂ ਤੋਂ ਆਉਂਦਾ ਹੁੰਦਾ, ਇਹ ਉੱਥੇ ਫਿਰ ਐਂ ਧਰਤੀ ਦੇ ਦੱਸਣ ਲੱਗ ਜਾਂਦਾ ਵੀ ਆਹ ਪੰਜਾਬ ਆ ਗਿਆ, ਹਰਿਆਣਾ ਆ ਗਿਆ, ਇੰਨੀ ਯੂਪੀ ਵੱਡੀ ਹੈ, ਐਂ ਸਾਰਾ ਇਹ ਜਦੋਂ ਪੜ੍ਹਾਈ ਕਰਦਾ ਐਂ ਦੱਸਦਾ ਰਹਿੰਦਾ ਉਹਨੂੰ ਬਲਦੇਵ ਨੂੰ, ਕਹਿੰਦਾ ਆਹ ਦੇਖਤਾ ਆ, ਐਂ ਕਰ, ਹੈਂ ਆਪਣਾ ਪੰਜਾਬ ਨਿਕਾਹ ਜਾਏ, ਐਂ ਸਾਰੀਆਂ ਗੱਲਾਂ ਕਰੀ ਜਾਂਦਾ ਰਹਿੰਦਾ ਉਹ ਸਿਆ ਬਹੁਤ ਦੀ ਪੜ੍ਹਾਈ 'ਚ, ਇਹ ਪਹਿਲਾਂ ਤੋਂ ਨਿਕਾਹ ਹੁੰਦਾ ਹੀ ਆ। ਹੁਣ ਮੁੱਖ ਮੰਤਰੀ ਨੇ ਪੂਰਾ ਪੰਜਾਬ ਸੰਭਾਲ ਰਹੇ ਨੇ, ਸਾਰਾ ਪੰਜਾਬ ਵਧੀਆ ਸਾਹਮਣੇ ਜੀ, ਬਹੁਤ ਕੁਛ ਕਰਿਆ, ਜਿਹੜੇ ਵਾਅਦੇ ਨੇ ਉਹ ਵੀ ਪੂਰੇ ਕਰੂ, ਸਾਰਾ ਕੁਛ ਕਰੂਗਾ ਜੀ, ਜਿੰਨੀ ਜ ਗੱਲ ਕਰੀ ਉਹਨੀ ਪੂਰ ਕਰਕੇ ਹਟੂਗਾ। ਮਾਤਾ ਨੂੰ ਵਧਾਈਆਂ ਦਿੱਤੀਆਂ? ਮਾਤਾ ਨੂੰ ਵਧਾਈਆਂ ਨੇ, ਉਰੇ ਆਇਆਂ ਨੂੰ ਫੇਰ ਦੇਵਾਂਗੇ ਵਧਾਈਆਂ ਜੀ। ਭੋਲਾ ਸਿੰਘ, ਭੋਲਾ ਸਿੰਘ ਕੀ ਕਹਿਣਾ ਚਾਹੁੰਦੇ ਹੋ ਕੱਲ੍ਹ ਮੁੱਖ ਮੰਤਰੀ ਦਾ ਵਿਆਹ ਹੋਣ ਜਾ ਰਿਹਾ, ਪਿੰਡ 'ਚ ਕਿੰਨੀ ਕੁ ਖੁਸ਼ੀ ਹੈਗੀ? ਖੁਸ਼ੀ ਹੈ ਜੀ, ਪਿੰਡ 'ਚ ਬਹੁਤ ਵਧੀਆ ਖੁਸ਼ੀ ਹੈ, ਸਾਰੇ ਪਿੰਡ ਨੂੰ ਵਧੀਆ ਖੁਸ਼ੀ ਮਨਾਉਂਦੇ ਨੇ। ਕੀ ਕਹਿਣਾ ਚਾਹੋਗੇ ਜਦੋਂ ਮਾਨ ਸਾਹਿਬ ਉਰੇ ਆਉਂਦੇ ਸੀ ਪਿੰਡ ਦੇ ਵਿੱਚ, ਖੁਸ਼ੀ ਮਨਾਉਂਦੇ ਸੀਗੇ ਜਾਂ ਲੋਕਾਂ ਨੂੰ ਮਿਲਦੇ ਸੀ, ਕਿਸ ਤਰ੍ਹਾਂ ਲੱਗਦਾ ਸੀ ਉਦੋਂ? ਮਿਲਦੇ ਤੇ ਜੀ ਸਾਰੇ ਮਿਲ ਕੇ ਜਾਂਦੇ ਸੀ ਸਾਰੇ ਪਿੰਡ 'ਚ। ਮਾਤਾ ਉਹਦੇ ਉਰੇ ਰਹਿੰਦੇ ਨੇ? ਉਰੀ ਰਹਿੰਦੀ ਸੀ ਮਾਤਾ, ਹੁਣ ਤਾਂ ਕਿਤੇ ਕਿਤੇ ਵਗ ਜਾਂਦੇ ਨੇ, ਹੁਣ ਫਿਰ ਨਾਲ ਆਪਦਾ ਵੱਧ ਜਾਂਦਾ ਨਾ, ਉਹਦਾ ਕਰਕੇ ਫਿਰ ਜਾਣਾ ਪੈਂਦਾ ਇਹਨਾਂ ਨੂੰ। ਨੂੰਹ ਆ ਰਹੀ ਹੈ ਪਿੰਡ? ਹਾਂਜੀ ਪਿੰਡ 'ਚ ਨੂੰਹ ਆ ਰਹੀ ਹੈ। ਹਾਂ ਨੂੰਹ ਆ ਰਹੀ ਹੈ, ਉੱਧਰ ਵੀ ਖੁਸ਼ੀ ਹੈ ਸਮਾਂ। ਹਾਂਜੀ ਹਾਂ, ਵਧਾਈਆਂ ਦਿੰਦੇ ਵਿਆਹ ਦੀ। ਸਕੈਨਿਸ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ, 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਿਡ ਕਰਵਾਓ, ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਆ। ਨੰਬਰ ਨੋਟ ਕਰੋ 9915017717। ਸਮੱਸਿਆ ਜਿਵੇਂ ਲਵ ਮੈਰਿਜ, ਮਨਚਾਇਆ ਪਿਆਰ, ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਕਾਰੋਬਾਰ ਦਾ ਨਾ ਚੱਲਣਾ, ਗ੍ਰਹਿ ਕਲੇਸ਼, ਵਿਆਹ ਦੇ ਲਈ ਮਾਂ ਬਾਪ ਦੀ ਮਨਜ਼ੂਰੀ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਦੇ ਵਿੱਚ ਪੱਕਾ ਹੋਣਾ, ਕੋਰਟ ਕਚਹਿਰੀ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਵਾਲ ਪੁੱਛਣ ਦੀ ਕੋਈ ਫੀਸ ਨਹੀਂ, ਕਿਸੇ ਦੁਖੀ ਭੈਣ ਭਰਾ ਦਾ ਪਤੀ ਪ੍ਰੇਮੀ ਬੇਟਾ ਕਿਸੇ ਦੇ ਵਸ਼ ਵਿੱਚ ਹੈ ਤਾਂ ਤੁਰੰਤ ਸੰਪਰਕ ਕਰੋ, ਘਰ ਬੈਠੇ ਫੋਨ ਤੇ ਹਰ ਸਮੱਸਿਆ ਦਾ ਹੱਲ ਕਰਵਾਓ। ਪਤਾ ਲੁਧਿਆਣਾ। ਨੰਬਰ ਨੋਟ ਕਰੋ 9915017717। ਹਰ ਖਬਰ ਦੀ ਤਾਜ਼ਾ ਅਪਡੇਟ ਜਾਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Facebook ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।